जालंधर में शारदीय नवरात्र के पावन अवसर पर भक्तों का जोश देखते हुए बन रहा है। माँ दुर्गा के आगमन की तैयारियों के लिए शहर के बाजारों में खास रौनक देखी जा रही है। भक्तजन पूजा अर्चना के लिए आवश्यक सामग्री की जमकर खरीदारी कर रहे हैं, जिससे महानगर के प्रमुख बाजार गुलजार हो गए हैं। खासतौर पर जग्गू चौक के पास स्थित सेवक धूप फैक्ट्री में भक्तों की भीड़ उमड़ रही है। लोग इस खास अवसर पर पूजा सामग्री और मां की मूर्तियों की खरीदारी के लिए पहुँच रहे हैं। सेवक धूप फैक्ट्री के मालिक प्रिंस शर्मा और ऋषि शर्मा ने बताया कि उनकी दुकान पर भक्तों के लिए पूजा में उपयोग होने वाली हर चीज़ उपलब्ध है। यहाँ 2 इंच से लेकर 7 फीट तक की माँ दुर्गा की मूर्तियों की एक विस्तृत श्रृंखला है, जो विभिन्न धातुओं में बनाई गई हैं। इसके अलावा भक्तों के लिए माँ दुर्गा की पोशाकें भी बड़े आकर्षण का केंद्र हैं। भक्तजन माँ के श्रृंगार के लिए कलीरे, मुकुट, हार और चुनरी जैसी सामग्रियों की भरपूर खरीदारी कर रहे हैं। तो वहीं पूजा सामग्री और मूर्तियों की खरीदारी करते हुए भक्तजन काफ़ी खुश नजर आ रहे हैं। जालंधर से हलचल के लिए कैमरामैन रजनीश शर्मा की रिपोर्ट। ਜਿਵੇਂ ਕਿ ਤੁਹਾਨੂੰ ਪਤਾ ਸੇਵਕ ਧੂਪ ਫੈਕਟਰੀ ਜੱਗੂ ਚੌਂਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਨਵਰਾਤਰਿਆਂ ਦੇ ਭਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮਾਤਾ ਰਾਣੀ ਦੇ ਮੁਕੁਟ, ਵਸਤਰ, ਹਾਰ, ਸ਼ਿੰਗਾਰ ਤੇ ਨਵਰਾਤਰਿਆਂ ਦੀ ਹਰ ਇੱਕ ਚੀਜ਼ ਉਪਲਬਧ ਕਰਵਾਈ ਹੈ ਬਹੁਤ ਹੀ ਸਸਤੇ ਰੇਟ ਦੇ ਵਿੱਚ। ਤੇ ਖਾਸ ਕਰ ਤੁਹਾਨੂੰ ਪਤਾ ਹੈ ਕਿ ਇੱਕ ਛੱਤ ਦੇ ਥੱਲੇ ਤੁਹਾਨੂੰ ਪੂਜਾ ਪਾਠ ਦੀ ਹਰ ਇੱਕ ਚੀਜ਼ ਵਰਾਇਟੀ ਉਪਲਬਧ ਕਰਵਾਈ ਗਈ ਹੈ। ਉਹ ਭਾਵੇਂ ਮਿੱਟੀ ਦੇ ਪਿਆਲੇ ਤੋਂ ਲੈ ਕੇ ਮਿੱਟੀ, ਜੌਂ, ਮਾਤਾ ਰਾਣੀ ਦੇ ਪੰਚਮੇਵੇ ਦਾ ਪ੍ਰਸ਼ਾਦ, ਲੌਂਗ, ਇਲਾਚੀ, ਸੁਪਾਰੀ, ਮਾਤਾ ਰਾਣੀ ਦੇ ਵਸਤਰ, ਮਾਤਾ ਰਾਣੀ ਦੀ ਮੂਰਤੀਆਂ ਜਿਵੇਂ ਕਿ ਪਿੱਤਲ ਦੀਆਂ, ਫਾਈਬਰ ਦੀਆਂ, ਵਾਈਟ ਮੈਟਲ ਦੀਆਂ, ਉਹਨਾਂ ਦੇ ਆਭੂਸ਼ਣ, ਹਰ ਇੱਕ ਚੀਜ਼ ਆਪਾਂ ਬਹੁਤ ਹੀ ਹੋਲਸੇਲ ਰੇਟ ਦੇ ਵਿੱਚ ਉਪਲਬਧ ਕਰਵਾਈ ਹੈ ਕਸਟਮਰਸ ਵਾਸਤੇ। ਕਸਟਮਰ ਵਾਸਤੇ ਬੈਨੀਫਿਟਸ ਆਪਾਂ ਦੇ ਰਹੇ ਕਿ ਆਪਾਂ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਕਸਟਮਰ ਨੂੰ ਚੀਜ਼ਾਂ ਉਪਲਬਧ ਕਰਵਾਈਆਂ, ਜਿਵੇਂ ਕਿ ਤੁਹਾਨੂੰ ਪੂਰੇ ਜਲੰਧਰ ਦੇ ਵਿੱਚ ਉਸ ਰੇਟ ਦੇ ਵਿੱਚ ਉਹ ਚੀਜ਼ ਤੁਹਾਨੂੰ ਨਹੀਂ ਮਿਲ ਪਾਏਗੀ ਕਿਸੇ ਨੂੰ। ਕਈ ਲੋਕ ਸਾਡੇ ਕੋਲ ਸਪੈਸ਼ਲ ਪਿੱਤਲ ਦੀ ਮੂਰਤੀ ਮੰਗਦੇ ਆ, ਸੁਪਰ ਫਾਈਨ ਕੁਆਲਿਟੀ, ਜ਼ਿਆਦਾਤਰ ਮਤਲਬ ਕਿ ਬਾਜ਼ਾਰਾਂ ਦੇ ਵਿੱਚ ਬਹੁਤ ਘੱਟ ਉਪਲਬਧ ਆ। ਅਸੀਂ ਸਪੈਸ਼ਲ ਉਹ ਚੀਜ਼ ਲੈ ਕੇ ਆਏ ਤੇ ਲੋਕਾਂ ਦੇ ਵਿੱਚ ਉਹਨੂੰ ਦੇਖ ਲੈ ਕੇ ਇੰਨਾ ਉਤਸ਼ਾਹ ਹੈ ਕਿ ਉਹ ਇੰਨੀ ਕੱਚੀ ਮੂਰਤੀ, ਐਡੀ ਕੁ ਪਿਆਰੀ ਮੂਰਤੀ, ਉਹ ਵੀ ਸਾਡੇ ਕੋਲ ਉਪਲਬਧ ਆ। ਅੱਜ ਕੱਲ੍ਹ ਲੋਕ ਸਕਰਿਊ ਵਾਲੀ ਜੋਤ ਬਹੁਤ ਡਿਮਾਂਡ ਦੇ ਵਿੱਚ ਆ। ਇੱਕ ਸਾਡੀ ਹੀ ਦੁਕਾਨ ਆ ਜਿੱਥੇ ਉਹ ਬਹੁਤ ਹਾਈ ਕੁਆਂਟਿਟੀ ਦੇ ਵਿੱਚ ਉਪਲਬਧ ਆਪਾਂ ਕਸਟਮਰਸ ਨੂੰ ਆਪਣੇ ਕਰਵਾ ਕੇ ਦਿੱਤੀ ਹੈ। ਬਾਜ਼ਾਰ ਨਾਲੋਂ ਡਿਫਰੈਂਸ ਇਹ ਆ ਕਿ ਸਾਡੀ ਚੀਜ਼ ਜਿਹੜੀ ਹੈ ਇੱਕ ਤੇ ਬਿਲਕੁਲ ਹਟ ਕੇ ਵਧੀਆ ਕੁਆਲਿਟੀ ਹੈ। ਸਾਡੇ ਕੋਲ ਜਰੀ ਦੀਆਂ ਡਰੈਸਾਂ, ਮੋਤੀ ਦੀਆਂ ਡਰੈਸਾਂ, ਸਟੋਨ ਦੇ ਵਿੱਚ ਇਕੱਲਾ ਇਕੱਲਾ ਪੀਸ ਬਾਕਸ ਦੇ ਵਿੱਚ ਪੈਕ ਆ। ਸਾਡੇ ਕੋਲ ਸਪੈਸ਼ਲ ਹੈਵੀ ਡਰੈਸਿਸ ਸਾਡੇ ਕੋਲ ਆਈਆਂ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਉਪਲਬਧ ਨਹੀਂ ਹੈਗੀ ਹੈ। ਤੇ ਸਾਡੇ ਕੋਲ ਹਰ ਤਰ੍ਹਾਂ ਦੀ ਮੂਰਤੀ ਦੇ ਵਸਤਰ ਆ, ਜਿਵੇਂ ਕਿ 1 ਫੁੱਟ ਤੋਂ ਲੈ ਕੇ 6 ਫੁੱਟ ਦੇ ਮੂਰਤੀ ਦੇ ਵਸਤਰ, ਉਹਨਾਂ ਦੇ ਮੁਕੁਟ, ਉਹਨਾਂ ਦਾ ਹਾਰ, ਉਹਨਾਂ ਦਾ ਸ਼ਿੰਗਾਰ,
ਸਾਡੇ ਕੋਲ ਕਈ ਲੋਕ ਸਾਡੇ ਕੋਲ ਆਉਂਦੇ ਨੇ ਕਿ ਕਹਿੰਦੇ ਮੰਦਿਰਾਂ ਦੇ ਵਾਸਤੇ ਆਪਾਂ ਸਾਰੇ ਸੇਮ ਡਰੈਸਿਸ ਲੈਣੀ ਆ ਨਵਰਾਤਰਿਆਂ 'ਚ ਪਾਉਣ ਵਾਸਤੇ। ਸਭ ਲਈ ਤੁਹਾਨੂੰ ਹਰ ਇੱਕ ਕਲਰ ਦੇ ਵਿੱਚ ਹਰ ਕਲਰ ਦੀ ਮੈਚਿੰਗ ਵਾਸਤੇ ਸੇਮ ਡਰੈਸਿਸ ਤੁਹਾਨੂੰ ਪੂਰੇ ਮੰਦਿਰ ਦੀ ਉਪਲਬਧ ਕਰਵਾ ਕੇ ਦੇਵਾਂਗੇ ਆਪਾਂ, ਬਹੁਤ ਹੀ ਜਾਇਜ਼ ਤੇ ਹੋਲਸੇਲ ਰੇਟ ਤੇ। ਦੀਵਾਲੀ ਕਰਕੇ ਜਿਵੇਂ ਹੁਣ ਦੀਵਾਲੀ ਹੈਗੀ ਹੈ, ਸਾਡੇ ਕੋਲ ਸਪੈਸ਼ਲ ਆਫਰ ਲੱਗਣੀ ਹੈ। ਹੁਣ ਨਵਰਾਤਰੇ ਤੇ ਫਿਲਹਾਲ ਆਪਾਂ ਨਹੀਂ ਰੱਖੀਏ, ਨਵਰਾਤਰੇ ਤੋਂ ਬਾਅਦ ਆਪਾਂ ਦੀਵਾਲੀ ਤੇ ਕੁਛ ਆਫਰਸ ਲਗਾਣੀ ਹੈ ਹਰ ਇੱਕ ਚੀਜ਼ ਤੇ, ਜਿਵੇਂ ਕਿ ਕਿਸੇ ਨੂੰ ਆਪਾਂ ਇੱਤਰ, ਕਿਸੇ ਨੂੰ ਅਗਰਬੱਤੀ, ਕਿਸੇ ਨੂੰ ਆਪਾਂ ਧੂਫ ਅਗਰਬੱਤੀ ਵਿੱਚ ਹੋ ਗਿਆ, ਆਪਾਂ ਗਿਫਟ ਦੇ ਰਹੇ ਹਾਂ ਸਾਰਿਆਂ ਨੂੰ ਦੀਵਾਲੀ ਦੇ ਵਿੱਚ। ਆਪਾਂ ਲੈ ਕੇ ਆ ਰਹੇ ਹਾਂ ਬਹੁਤ ਵਧੀਆ, ਆਪਾਂ ਇੱਕ ਸਿਸਟਮ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਆਪਾਂ ਆਪਣੇ ਕਿਹੜੇ ਖਾਸ ਕਸਟਮਰਸ ਨੇ ਜਿਹੜੇ ਕਿ ਸਾਡੇ ਕੋਲ ਰੈਗੂਲਰ ਕਸਟਮਰਸ ਆਉਂਦੇ, ਉਹਨਾਂ ਵਾਸਤੇ ਸਪੈਸ਼ਲ ਆਪਾਂ ਇੱਕ ਆਫਰ ਲੈ ਕੇ ਜਲਦੀ ਹੀ ਆ ਰਹੇ ਹਾਂ।